ਸਿੱਧੂ ਮੂਸੇਵਾਲੇ ਕੀ ਹੱਤਿਆ ਕਾਰੋਪੀ ਥਾ ਉਸਕੋ ਵੀ ਵਾਪਿਸ ਲਾਏ ਸਿੱਧੂ ਮੂਸੇਵਾਲੇ ਕੀ ਹੱਤਿਆ ਕਾਰੋਪੀ ਥਾ ਉਸਕੋ ਵੀ ਵਾਪਿਸ ਲਾਏ ਦੁਨੀਆ ਭਰ ਮੇ ਭਾਗੇ ਹੋਏ 24 ਦਾ ਲੋਕ ਸਭਾ ਦਾ ਇਲੈਕਸ਼ਨ ਨੇੜੇ ਆਇਆ ਹੈ ਅੱਜ ਪਾਰਲੀਮੈਂਟ ਦੇ ਵਿੱਚ ਉਸਦੇ ਬਾਪ ਵੱਲੋਂ ਕੀਤੀ ਜਾ ਰਹੀ ਮੰਗ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਅੱਜ ਜਿਹੜਾ ਮਿਹਨਤ ਕੀਤੀ ਜਾ ਰਹੀ ਸੀ ਸਿੱਧੂ ਮੂਸੇਵਾਲੇ ਦੇ ਚਾਉਣ ਵਾਲਿਆਂ ਨੂੰ ਉਸ ਨੂੰ ਇਨਸਾਫ ਮਿਲ ਸਕੇ ਉਸ ਨੂੰ ਜਿਹੜਾ ਬੂਰ ਪਿਆ ਏ ਅੱਜ ਅਮਿਤ ਸ਼ਾਹ ਵੱਲੋਂ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਗਿਆ ਏ ਕਿ ਜਿਹੜਾ ਸਚਿਨ ਬਿਸ਼ਨੋਈ ਆ ਜਿਹਨੂੰ ਪਿਛਲੇ ਦਿਨਾਂ ਦੇ ਵਿੱਚ ਫੜ ਕੇ ਭਾਰਤ ਲੈ ਕੇ ਆਂਦਾ ਏ ਜਿਹੜਾ ਸਿੱਧੂ ਮੂਸੇਵਾਲੇ ਦੀ ਮੌਤ ਦੇ ਵਿੱਚ ਉਸਦਾ ਅਹਿਮ ਰੋਲ ਸੀ ਉਸ ਨੂੰ ਫੜ ਕੇ ਜਿਹੜਾ ਅੱਜ ਭਾਰਤ ਲੈ ਕੇ ਆਂਦਾ ਏ ਤੇ ਇਸ ਕੜੀ ਨੂੰ ਹੋਰ ਅੱਗੇ ਤੋਰਦਿਆਂ ਜਿਹੜਾ ਅਮਿਤ ਸ਼ਾ ਗ੍ਰਹਿ ਮੰਤਰੀ ਭਾਰਤ ਤੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਗੱਲ ਆਖੀ ਗਈ ਆ ਕਿ ਜਲਦ ਤੋਂ ਜਲਦ ਜਿੰਨਾ ਲੋਕਾਂ ਨੇ ਵਿੱਚ ਸ਼ਮੂਲੀਅਤ ਕੀਤੀ ਕਲਾਕਾਰ ਹੋਣ ਜਾਂ ਫੇਰ ਹੋ ਕੋਈ ਗੈਂਗਸਟਰ ਹੋਵੇ ਜੇ ਭਾਰਤ ਦੇ ਵਿੱਚ ਹੋਵੇ ਚਾਹੇ ਭਾਰਤ ਤੋਂ ਬਾਹਰ ਹੋਵੇ ਜੋ ਲੋਕ ਵੀ ਸਿੱਧੂ ਮੂਸੇ ਵਾਲੇ ਦੇ ਕਤਲ ਦੇ ਵਿੱਚ ਮਜੂਦ ਸੀ ਜਿਨ੍ਹਾਂ ਦੀ ਭਾਈਵਾਲੀ ਸੀ ਇਸ ਕਤਲ ਦੇ ਵਿੱਚ ਉਹ ਸਾਰਿਆਂ ਨੂੰ ਫੜ ਕੇ ਸਲੰਕਾ ਦੇ ਪਿੱਛੇ ਦਿੱਤਾ ਜਾਵੇਗਾ ਤੇ ਕੜੀ ਤੋਂ ਕੜੀ ਜਿਹੜੀ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਇਹ ਅੱਜ ਪਾਰਲੀਮੈਂਟ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਪੰਚਾਇਤ ਆ ਉੱਥੇ ਜਿਹੜੀ ਗੱਲ ਪਹੁੰਚੀ ਆ ਪਿਛਲੇ ਦਿਨਾਂ ਦੇ ਵਿੱਚ ਆਪਾਂ ਵੇਖਿਆ ਏ ਕਿ ਸਿੱਧੂ ਮੂਸੇ ਵਾਲੇ ਦੇ ਬਾਪ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਕਿ ਕਾਫੀ ਵੱਡੇ ਲੋਕ ਸ਼ਾਮਲ ਹੋ ਸਕਦੇ ਆ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਨਾਲ ਸਿੱਧੂ ਮੂਸੇ ਵਾਲੇ ਨੂੰ ਕਤਲ ਕਰਨ ਦੇ ਲਈ ਬਾਹਰੋਂ ਹਥਿਆਰ ਮੰਗਵਾਏ ਗਏ ਸੀ ਇਸੇ ਕਰਕੇ ਵੱਡੇ ਲੋਕ ਸ਼ਾਮਲ ਹੋ ਸਕਦੇ ਆ ਤੇ ਉਹ ਆਪਣੇ ਰਸੂਕ ਦਾ ਫਾਇਦਾ ਲੈ ਕੇ ਇਸ ਦੇ ਵਿੱਚੋਂ ਬਾਹਰ ਨਿਕਲ ਜਾਣ ਪਰ ਅੱਜ ਪਾਰਲੀਮੈਂਟ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਜਦੋਂ ਇਹ ਗੱਲ ਆਖੀ ਗਈ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਜਿਸ ਤਰ੍ਹਾਂ ਸਚਨ ਜਿਹੜਾ ਬਿਸ਼ਨੋਈ ਹੈ ਉਸ ਨੂੰ ਲਿਆਂਦਾ ਗਿਆ ਉਸੇ ਤਰ੍ਹਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਜੱਜ